ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੌਲਕ ਲਿਖਤ ਜਪਜੀ ਸ੍ਰੀਕ ਦਾ ਅਗਲਾ ਹਿੱਸਾ ਆ ਪਿਆਰ ਨ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਭਰੀਏ ਮਤ ਪਾਪਾ ਕੇ ਸੰਗ ਉਹ ਤੋ ਪਹਿਨਾਵੇਂ ਕੇ ਰੰਗ ਉੰਨੀ ਪਾਪੀ ਆਖਣ ਨਾਏ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਪ੍ਰਾਕਥਨ ਪਿਛੇ ਅਸੀਂ ਪੜਿਆ ਕਿ ਜੋ ਤੁਧ ਭਾਵੈ ਸਾਈ ਪਲੀਕਾਰ ਦੇ ਚਾਹ ਵਿੱਚ ਰਹਿ ਕੇ ਬਹਿਰੰਗ ਤਰੀਕੇ ਨਾਲ ਵੀ ਸਾਈ ਦੇ ਧਿਆਨ ਵਿੱਚ ਸਹਿਜੇ ਲੱਗੇ ਰਹਿ ਕੇ ਵਾਹਿਗੁਰੂ ਦੀ ਨਦਰ ਹੋਣ ਨਾਲ ਪੰਜ ਬਣੇ ਰਹਿਣ ਦਾ ਉਪਦੇਸ਼ ਆ ਚੁੱਕਾ ਹੈ ਇਹ ਸਾਰਾ ਉਪਦੇਸ਼ ਇੱਕ ਉਤਮ ਜਗਿਆਸੂ ਪ੍ਰਤੀ ਹੈ ਇੱਥੇ ਆ ਕੇ ਪ੍ਰਸ਼ਨ ਉਪਜਦਾ ਹੈ ਕਿ ਜੇ ਕੋਈ ਪਾਪੀ ਹੋਵੇ ਜਿਸ ਦੀ ਮਾਤੀ ਪਾਪਾਂ ਵਿੱਚ ਖਚਤ ਹੋਵੇ ਜੈਸਾ ਕਿ ਅਸੰਖ ਚੋਰ ਹਰਾਮਖੋਰ ਵਾਲੀ ਪੌੜੀ ਵਿੱਚ ਆਪਨੇ ਦੱਸਿਆ ਹੈ ਕਿ ਆ ਜੇ ਉਹ ਚਾਏ ਕਿ ਮੈਂ ਵੀ ਸਚਿਆਰ ਬਣਾ ਤਾਂ ਕੋਈ ਰਾਹ ਹੈ ਜਾਂ ਕਿ ਉਹ ਸਤ ਮਾਰਗ ਤੋਂ ਖੁੰਝਿਆ ਸਦਾ ਲਈ ਗਿਆ ਗੁਜ਼ਰਿਆ ਹੋ ਗਿਆ ਉਸ ਦੀ ਕਲਿਆਣ ਨਮਿਤ ਸਾਹਿਬ ਜੀ ਅਗਲੀ ਪੌੜੀ ਉਚਾਰਦੇ ਹਨ ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸਖੇ ਜਿਵੇਂ ਸ਼ਰੀਰ ਜਾਂ ਸ਼ਰੀਰ ਦੇ ਅੰਗ ਹੱਥ ਤੇ ਪੈਰ ਆਦੀ ਜੇ ਮਿੱਟੀ ਨਾਲ ਭਰ ਜਾਣ ਤਾਂ ਪਾਣੀ ਨਾਲ ਧੋਤੇ ਆ ਉਹ ਮਿੱਟੀ ਉਤਰ ਜਾਂਦੀ ਹੈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਹਾਂ ਜਿਵੇਂ ਕੋਈ ਕਪੜਾ ਮੂਤਰ ਨਾਲ ਪਲੀਤੀ ਵਾਲਾ ਹੋ ਜਾਵੇ ਤਾਂ ਉਹ ਸਾਬਣ ਦੀ ਚਸ ਦੇ ਕੇ ਧੋ ਲਈਦਾ ਹੈ ਪਰ ਇਹ ਮਤ ਪਾਪਾ ਕੇ ਸੰਗ ਉਹ ਤੋਂ ਪੈ ਨਾਵੇਂ ਕੇ ਰੰ ਤਿਵੇਂ ਜੋ ਬੁੱਧੀ ਪਾਪਾ ਨਾਲ ਭਰ ਜਾਏ ਤਾਂ ਉਹ ਨਾਮ ਦੇ ਰੰਗ ਪ੍ਰੇਮ ਨਾਲ ਧੋਤੀ ਜਾਂਦੀ ਹੈ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਣਾ ਲਿਖ ਲੈ ਜਾਓ ਪੁੰਨੀ ਜਪ ਪਾਪੀ ਨਿਰਾ ਕਹਿਣ ਮਾਤਰੀ ਨਹੀਂ ਇਹ ਸੱਚ ਮੁੱਚ ਨਿਰਮਲਤਾ ਜਾਂ ਮੈਲ ਹੈ ਇਉਂ ਕੇ ਕਰਮ ਕਰ ਕਰ ਕੇ ਤੂੰ ਆਪਣੇ ਨਾਲ ਇਨ੍ਹਾਂ ਦੇ ਸੰਸਕਾਰਾਂ ਨੂੰ ਮਾਣੋ ਲਿਖ ਕੇ ਲੈ ਜਾਏਗਾ ਭਾਉ ਆਪਣੇ ਕੀਤੇ ਕਰਮ ਸੰਸਕਾਰ ਹੋ ਕੇ ਜੀਵ ਦੇ ਅੰਦਰ ਚਿਤ੍ਰਿਤ ਹੋ ਜਾਂਦੇ ਹਨ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮਿ ਆਵੋ ਜਾਓ ਤੇਰੇ ਕਰਮ ਕਰਨੇ ਨਾਲ ਤੂੰ ਆਪੇ ਬੀਜ ਬੀਜਦਾ ਹੈ ਉਸ ਦਾ ਫਲ ਵੀ ਤੂੰ ਆਪ ਹੀ ਖਾਏਗਾ ਪਰ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਇਉ ਹੁਕਮ ਮੁਜਬ ਤੂੰ ਆਉਂਦਾ ਜਾਉਂਦਾ ਰਹੇਗਾ ਤੀਰ ਤਪ ਦੇ ਆਦ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮੰਚਾਓ ਕਵਣ ਸਵੇਲਾ ਵਖਤ ਕਮਣ ਕਮਣ θਿਤ ਕਮਣ ਵਾਰ ਕਵਣ ਸਿਰੁਤੀ ਮਾਹੋ ਕਵਣ ਜਿਤੋ ਆ ਆਕਾਰ ਵੇਲ ਨ ਪਾਈ ਆਪਣਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾਦਿਆ ਜੇ ਲਿਖਨ ਲੇਖ ਕੁਰਾਨ ਖਿਤ ਵਾਰ ਨ ਜੋਗੀ ਜਾਣੈ ਰੁਤ ਮਾਹ ਨ ਕੋਈ ਜਾਂ ਕਰਤਾ ਸੇਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਇ ਵੱਡੀ ਨਹੀਂ ਕੀਤਾ ਜਾਣ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਨਾ ਸੋਇ ਭਰਾ ਕਥਨ ਸ਼ਾਸਤਰਾਂ ਤੇ ਆਮ ਲੋਕਾਂ ਵੀ ਤੀਰਥ ਇਸ਼ਨਾਨ ਤਪ দান ਆਦੀ ਪੁੰਨ ਕਰਮ ਅਰ ਕਰਮ ਕਾਂਢੀ ਕਰਮ ਪਾਪ ਨਿਵਰਤੀ ਦੇ ਸਾਧਨ ਮੰਨੇ ਗਏ ਹਨ ਇਸ ਲਈ ਜਾਪਦਾ ਹੈ ਕਿ ਆਪ ਜੀ ਉਤੇ ਪ੍ਰਸ਼ਨ ਹੋਇਆ ਹੈ ਕਿ ਕੀ ਇਹ ਕਰਮ ਪਾਪ ਨੂੰ ਅੰਦਰੋਂ ਤੋਂ ਨਹੀਂ ਕੱਢਦੇ ਇਸ ਦਾ ਉੱਤਰ ਅਗਲੀ ਪੌੜੀ ਵਿੱਚ ਦਿੰਦੇ ਹਨ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਤੀਰਥ ਯਾਤਰਾ ਤਪ ਸਾਧਣੇ ਦਇਆ ਧਾਰਨੀ ਦਾਨ ਦੇਣਾ ਜੇ ਕਿਸੇ ਨੂੰ ਇਹ ਕੁਝ ਪ੍ਰਾਪਤ ਹੋ ਜਾਵੇ ਤਾਂ ਉਸ ਦਾ ਫਲ ਉਸ ਨੂੰ ਥੋੜੇ ਸਮੇਂ ਦਾ ਮਾਨ ਪ੍ਰਾਪਤ ਹੁੰਦਾ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾ ਪਰ ਜਿਸ ਨੇ ਪਰਮੇਸ਼ਰ ਦਾ ਨਾਮ ਸੁਣਿਆ ਮੰਨਿਆ ਤੇ ਮਨ ਵਿੱਚ ਦਾਤੇ ਨਾਲ ਪ੍ਰੇਮ ਕੀਤਾ ਉਸ ਨੇ ਆਪਣੇ ਅੰਦਰ ਪ੍ਰਾਪਤ ਤੀਰਥ ਉਤੇ ਚੰਗੀ ਤਰ੍ਹਾਂ ਇਸ਼ਨਾਨ ਕਰ ਲਿਆ ਹੈ ਭਾਉ ਉਸ ਨੂੰ ਭਗਤੀ ਪ੍ਰਾਪਤ ਹੋਈ ਹੈ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਪਰੰਤੂ ਐਸੇ ਗੁਣਾਂ ਦੀ ਦਾਤ ਕਰਤੇ ਦੇ ਹੱਥ ਹੈ ਇਸ ਲਈ ਪ੍ਰਾਰਥਨਾ ਕਰਦੇ ਹਨ ਕਿ हे ਨਿਰੰਕਾਰ ਸੁਣਨ ਮੰਨਣ ਪ੍ਰੇਮ ਕਰਨ ਤੇ ਅੰਤਰੀਵ ਸ਼ੁੱਧਤਾ ਦੀ ਲਖਤਾ ਦੇ ਸਾਰੇ ਗੁਣ ਤੇਰੇ ਦਿੱਤੇ ਮਿਲਦੇ ਹਨ ਪਰ ਮੇਰੇ ਵਿੱਚ ਆਪ ਨੂੰ ਕੋਈ ਗੁਣ ਨਹੀਂ ਹੈ ਇਹ ਵੀ ਮੈਂ ਜਾਣਦਾ ਹਾਂ ਕਿ ਇਨ੍ਹਾਂ ਗੁਣਾਂ ਨੂੰ ਧਾਰਨ ਕੀਤੇ ਬਿਨਾ ਤੇਰੀ ਭਗਤੀ ਹੋ ਨਹੀਂ ਸਕਦੀ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮੰਚਾਓ ਤਾਂ ਤੇ ਹੈ ਕਰਤਾ ਮਿਹਰ ਕਰ ਤੇ ਆਪਣੇ ਗੁਣ ਮੈਨੂੰ দান ਵਿੱਚ ਦੇ ਯਾਚਕ ਬ੍ਰਾਹਮਣ ਦੀ ਸਵਸਤੀ ਵਾਚਕ ਬਾਣੀ ਅੰਗੀਕਾਰ ਕਰ ਜੋ ਇਹ ਹੈ ਤੂੰ ਸਤ ਹੈ ਤੂੰ ਸੁੰਦਰ ਹੈ ਤੂੰ ਚੇਤਨ ਹੈ ਤੂੰ ਆਪਣੀ ਚੇਤਨਤਾ ਵਿੱਚ ਸਦਾ ਆਨੰਦ ਹੈ ਸੋ ਜਾਪਦਾ ਹੈ ਕਿ ਪਰਮੇਸ਼ਰ ਦੇ ਸਰੂਪ ਨੂੰ ਸਵਸਤ ਬਾਣੀ ਵਿੱਚ ਉਚਾਰਦੇ ਆ ਉਚਾਰਦੇ ਆਪ ਦਾ ਕੋਮਲ ਪ੍ਰੇਮੀ ਤੇ ਵਿਸਮਾਦ ਰੰਗੀ ਮਨ ਸਾਈ ਸੁੰਦਰਤਾ ਨੂੰ ਅਨਭਾਉ ਕਰਦਾ ਰਸਮਾਨ ਦਾ ਚਰਨ ਸ਼ਰਨ ਲੀਨ ਹੋ ਗਿਆ ਹੈ ਜਦ ਉਸ ਪਰਬ੍ਰਹਮੀ ਲੀਨਤਾ ਵਿੱਚੋਂ ਉੱਠ ਕੇ ਅਸਚਰਤਾ ਦੇ ਮੰਡਲ ਵਿੱਚੋਂ ਆਕਾਰ ਵਾਲੇ ਬ੍ਰਹਿਮੰਡ ਉਤੇ ਨਜ਼ਰ ਪਈ ਤਾਂ ਉੱਤੇ ਪ੍ਰਸ਼ਨ ਉਭਜਿਆ ਕਿ ਇਹ ਸੋਹਣਾ ਸਮਾਨ ਕਦੋਂ ਬਣਿਆ ਇਹ ਗੱਲ ਕੋਣ ਜਾਣੇ ਹੋਰ ਕੋਈ ਨਹੀਂ ਪਰ ਉਹ ਹੈ ਸੁੰਦਰਾਂ ਦਾ ਸੁੰਦਰ ਰਚਣਹਾਰ ਕੇਵਲ ਉਹੋ ਜਾਣਦਾ ਹੈ ਇਹ ਪਾਓ ਅਗਲੀਆਂ 17 ਵਿੱਚ ਅੰਕਤ ਹੈ ਜਿਨ੍ਹਾਂ ਵਿੱਚ ਵਾਹਿਗੁਰੂ ਦੀ ਸਰਵਗਿੱਤਾ ਸਾਡੀ ਅਪਹੁੰਚਤਾ ਤੇ ਅੰਤ ਵਿੱਚ ਹੋਮੇ ਰਹਿ ਤੋ ਸੁੰਦਰ ਸਾਈ ਨਾਲ ਸਿਫਤ ਸਲਾਹ ਦੁਆਰਾ ਵਿਸਮਾਤ ਦੇ ਰਸਤੇ ਪ੍ਰੇਮੀ ਹੋਏ ਰਹਿਣ ਦੀ ਸਹਨਤ ਹੈ ਕੌਣ ਸਵੇਲਾ ਵਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰੁਤੀ ਮਾਹੋ ਕਮਣ ਜਿਤੋ ਆ ਆਕਾਰ ਉਹ ਕਿਹੜਾ ਵੇਲਾ ਸੀ ਕਿਹੜਾ ਸੀ ਵਕਤ ਕਿਹੜੀ ਥਿਤ ਸੀ ਤੇ ਕਿਹੜਾ ਵਾਰ ਸੀ ਉਹ ਰੁੱਤ ਕਿਹੜੀ ਮਹੀਨਾ ਕਿਹੜਾ ਸੀ ਜਿਸ ਵੇਲੇ ਨਿਰੰਕਾਰ ਤੋਂ ਇਹ ਆਕਾਰ ਰਚਿਆ ਗਿਆ ਸੀ ਵੇਲ ਨਾ ਪਾਈ ਆਪਣੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦਿਆਂ ਜੇ ਲਿਖਣ ਲੇਖ ਕੁਰਾਨ ਵੇਲਾ ਨਹੀਂ ਲੱਭਾ ਪੰਡਤਾ ਨੇ ਜੋ ਕੋਈ ਪੁਰਾਣ ਲੇਖ ਇਸ ਗਲ ਦਾ ਹੋਵੇ ਤਾਂ ਲੱਭ ਲੈਣ ਵਕਤ ਨਹੀਂ ਲੱਭਾ ਕਾਜ਼ੀਆਂ ਨੇ ਜੇ ਲੱਭਾਂ ਨੇ ਤਾਂ ਕੋਈ ਕੁਰਾਨ ਲੇਖ ਲਿਖਣ ਪਾਓ ਲਿਖ ਦਿਖਾ ਲੈਣ ਖੇਤਵਾਰ ਨਾ ਜੋਗੀ ਜਾਣੈ ਰੁੱਤ ਮਹਾਂ ਨਾ ਕੋਈ ਜਾਂ ਕਰਤਾ ਸੇਠੀ ਕੋ ਸਾਜੇ ਆਪੇ ਜਾਣੈ ਸੋਈ ਖੇਤਵਾਰ ਯੋਗ ਧਿਆਨ ਜੋੜ-ਜੋੜ ਕੇ ਜੋਗੀ ਵੀ ਨਹੀਂ ਜਾਣਦਾ ਉਰਤ ਤੇ ਮਹੀਨਾ ਹੋਰ ਕੋਈ ਵੀ ਨਹੀਂ ਲੱਭ ਸਕਿਆ ਜਦੋਂ ਕਰਤਾਰ ਸ੍ਰਿਸ਼ਟੀ ਨੂੰ ਸਾਜਦਾ ਹੈ ਉਸ ਨੂੰ ਉਹ ਆਪ ਹੀ ਜਾਣਦਾ ਹੈ ਹੋਰ ਕੋਈ ਨਹੀਂ ਜਾਣਦਾ ਕਿਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਜਦ ਆਪੇ ਨੂੰ ਤੇ ਆਪਣੇ ਕਰਨੀਆਂ ਨੂੰ ਕਰਤਾ ਆਪ ਹੀ ਜਾਣਦਾ ਹੈ ਤਾਂ ਮੈਂ ਉਸ ਦੇ ਕਰਨੀਆਂ ਨੂੰ ਕੀ ਕਹ ਸਕਾਂ ਉਸ ਕਰਤੇ ਦੀ ਸਿਫਤ ਸਲਾਹੀ ਕਿ ਕਹਾਂ ਹਾਂ ਉਸ ਦਾ ਸਾਰਾ ਵਰਣਨ ਕਿ ਕਹਾਂ ਤੇ ਇਹ ਸਾਰਾ ਕੁਝ ਕਹਿਣ ਲਈ ਉਸ ਨੂੰ ਕਿ ਕੂ ਜਾਣ ਸਕਾਂ ਉਹਨ ਕਹਿਣੇ ਨੂੰ ਤਾਂ ਏ ਨਾਨਕ ਸਭ ਕੋਈ ਪਿਆ ਕਹਿੰਦਾ ਹੈ ਤੇ ਇੱਕ ਤੋਂ ਇੱਕ ਸਿਆਣਾ ਬਣ ਬਣ ਬੈਂਦਾ ਹੈ ਵੱਡਾ ਸਾਇ ਵੱਡੀ ਨਾਹੀ ਕੀਤਾ ਜਾਣ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆ ਨਾ ਸੋਏ ਪਰੰਤੂ ਉਹ ਸਾਹਿਬ ਜਿਸ ਦਾ ਕੀਤਾ ਪਿਆ ਹੁੰਦਾ ਹੈ ਸਭ ਤੋਂ ਵੱਡਾ ਹੈ ਉਸ ਦੇ ਵੱਡੇ ਹੋਣ ਕਰਕੇ ਉਸ ਦੀ ਵਡਿਆਈ ਵੀ ਵੱਡੀ ਹੈ ਜੇ ਕੋਈ ਆਪਣੇ ਆਪ ਨੂੰ ਵੱਡਾ ਜਾਂ ਜਾਣਨਹਾਰ ਸਮਝਦਾ ਹੈ ਉਹ ਅੱਗੇ ਜਾ ਕੇ ਸ਼ੋਭਾ ਨਹੀਂ ਪਾਏਗਾ ਕਿਉਂਕਿ ਉਹ ਹਉ ਵਿੱਚ ਚਲਾ ਗਿਆ ਹੈ ਇਸ ਲਈ हे ਨਾਨਕ ਤੂੰ ਸਫਤ ਸਲਾ ਵਿੱਚ ਰਹੁ ਵੱਡਾ ਸਾਹਿਬ ਹੈ ਵੱਡੀ ਵਡਿਆਈ ਹੈ ਕੀਤਾ ਉਸ ਦਾ ਹੁੰਦਾ ਹੈ ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ ਓੜ ਓੜ ਭਾਲ ਥਕੇ ਵੇਦ ਕਹਿਨ ਇਕਵਾਤ ਸੈਸ 18 ਕਹਿਨ ਕਤੇ ਬਾਸਲੂ ਇਕਤਾਤ ਲੇਖਾ ਹੋਏ ਤਾਂ ਲਿਖਿਆ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖਿਆ ਆਪੇ ਜਾਣੇ ਆਪ ਪ੍ਰਕਾਥਨ ਪੌੜੀ 19 ਵਿੱਚ ਅਗੰਮ ਅਗੰਮ ਅਸੰਖ ਲੋ ਆਇਆ ਸੀ ਫਿਰ ਇੱਕ ਸੁੱਤੇ ਉਪੋਜਪੇ ਪ੍ਰਸ਼ਨ ਦਾ ਉੱਤਰ 20ਵੀਂ ਪੌੜੀ ਵਿੱਚ ਦੇ ਕੇ ਕਿ ਪਾਪੀਆਂ ਦਾ ਉਧਾਰ ਐਵੇਂ ਹੋ ਸਕਦਾ ਹੈ ਉਹ ਫਿਰ ਬੇਸ਼ੁਮਾਰਤਾ ਵਾਲੀ ਲੜੀ ਫੜ ਲਈ ਸੀ ਤੇ ਜੀਵ ਦੀ ਅਲਪਕਤਾ ਤੇ ਕਰਤਾ ਪੁਰਖ ਦੀ ਸਰਬਗਤਾ ਦਰਸਾ ਕੇ ਉਸ ਦੀ ਵਡਿਆਈ ਸਫਸਲਾ ਦੀ ਪ੍ਰੇਰਣਾ ਕੀਤੀ ਸੀ ਹੁਣ 22ਵੀਂ ਪੌੜੀ ਵਿੱਚ ਧਰਤੀ ਦੇ ਹੇਠ ਉਪਰ ਦੂਰ ਆਕਾਸ਼ਾਂ ਵਿੱਚ ਦੀ ਵਿਸ਼ਾਲਤਾ ਅਗੰਗ ਅਗੰਗ ਅਸੰਖ ਲੋ ਵਾਲੀ ਲੜੀ ਨੂੰ ਫੇਰ ਫੜ ਲੈਂਦੇ ਹਨ ਪਤਾਲਾਂ ਪਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇਕ ਵਾਰ ਹੇਠਾਂ ਪਤਾਲਾਂ ਤੋਂ ਪਰੇ ਹੋਰ ਪਤਾਲ ਹਨ ਉੱਪਰ ਆਕਾਸ਼ਾਂ ਤੋਂ ਪਰੇ ਹੋਰ ਆਕਾਸ਼ ਹਨ ਤੇ ਇਹ ਆਕਾਸ਼ ਪਤਾਲ ਲਖਾਂ ਹਨ ਇਹਨਾਂ ਦੇ ਓੜਕ ਅਰਥਾਤ ਅੰਤ ਦੀ ਭਾਲ ਕਰਦੇ ਕਰਦੇ ਓੜਕ ਨੂੰ ਥੱਕ ਗਏ ਭਾਲ ਕਰਨ ਵਾਲੇ ਤਾਂ ਵੇਦਾਂ ਨੇ ਇੱਕ ਗੱਲ ਆਖੀ ਜੋ ਚੌਥੀ ਸਤਰ ਵਿੱਚ ਦਸੀ ਸਹਸ 18 ਕਹਿਨ ਕਤੇਬਾ ਅਸਲ ਇਕਤਾਤ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਬਿੜਾਸ ਨਾਨਕ ਵੱਡਾ ਆਖਿਆ ਆਪੇ ਜਾਣੇ ਆਪ ਹਜ਼ਾਰਾਂ ਰੱਖੀ ਮੁਨੀ ਉਲਮਾ 18 ਪੁਰਾਣ ਤੇ ਚਾਰ ਕਿਤਾਬਾਂ ਵੀ ਇੱਕੋ ਮੂਲ ਗੱਲ ਕਹਿੰਦੀਆਂ ਹਨ ਕਿ ਜੇ ਲੇਖਾ ਹੋ ਸਕੇ ਤਾਂ ਲੇਖਾ ਲਿਖ ਦੇਈਏ ਲੇਖੇ ਕਰਦਿਆਂ ਤਾਂ ਨਾਸ਼ ਹੋ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਇਹ ਹੈ ਕਿ ਕਰਨ ਹਾਰ ਕੀਤੀ ਹੋਈ ਤੋਂ ਵੱਡਾ ਹੈ ਉਹ ਆਪ ਨੂੰ ਤੇ ਆਪਣੀ ਕੀਤੀ ਹੋਈ ਨੂੰ ਆਪ ਹੀ ਜਾਣਦਾ ਹੈ ਤਾਂ ਤੇ ਉਸ ਨੂੰ ਵੱਡਾ ਕਹੋ ਜੋ ਤੁਸੀਂ ਕੀਤੀ ਹੋਈ ਤੋਂ ਉੱਚੇ ਹੋ ਕੇ ਕਰਤਾ ਨੂੰ ਪ੍ਰਾਪਤ ਹੋ ਸਕੋ ਸਾਲਾਹੀ ਸਾਲਾਹਾ ਏਤੀ ਸੁਰਤ ਨ ਪਾਈਆ ਨਦੀਆਂ ਤੇ ਵਾਪਵੈ ਸਮੁੰਨ ਨ ਜਾਣੀਐ ਸਮੁੰਨ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋਂ ਨਾ ਵੀਸਰੇ। ਪ੍ਰਾਕਥਨ ਪਿਛਲੀ ਪੌੜੀ ਵਿੱਚ ਦੱਸਿਆ ਸੀ ਕਿ ਕੀਤੀ ਹੋਈ ਰਚਨਾ ਦੀ ਵਿਸ਼ਾਲਤਾ ਅਣਗਿਣਤ ਹੈ। ਇਉ ਇਹ ਬਹੁਤ ਵੱਡੀ ਹੋਈ। ਹੁਣ ਵਿਚਾਰ ਕਰੋ ਕਿ ਜਿਸਨੇ ਰਚੀ ਹੈ ਅਸਲ ਵੱਡਾ ਤਾਂ ਉਹ ਹੋਇਆ ਕਿ ਜਿਸਨੇ ਇਹ ਸਾਜੀ ਹੈ। ਜੋ ਇਸ ਨੂੰ ਜਾਣਦਾ ਹੈ ਤੇ ਸੰਭਾਲਦਾ ਹੈ ਤਾਂ ਤੇ ਸਭ ਤੋਂ ਵੱਡਾ ਉਸ ਨੂੰ ਆਖੋ। ਐਸਾ ਕਹਿਣੇ ਤੇ ਸੁਰਤ ਦ੍ਰਿਸ਼ਟਮਾਨ ਤੋਂ ਉੱਠ ਕੇ ਦ੍ਰਿਸ਼ਟਾ ਵਿੱਚ ਚਲੀ ਜਾਵੇਗੀ ਜਿਸ ਦਾ ਅਭਿਆਸ ਸਾਈਂ ਲੀਨਤਾ ਵਿੱਚ ਲੈ ਜਾਏਗਾ ਜਿਵੇਂ ਨਦੀਆਂ ਨੂੰ ਸਮੁੰਦਰ ਵੱਲ ਰੁਖ ਰੱਖ ਕੇ ਟੁਰਦਿਆਂ ਸਮੁੰਦਰ ਲੀਨਤਾ ਪ੍ਰਾਪਤ ਹੁੰਦੀ ਹੈ ਇਹ ਗੱਲ ਇਸ ਪੌੜੀ ਵਿੱਚ ਵਰਣਿਤ ਹੈ ਸਾਲਾ ਹੀ ਸਾਲਾ ਇਹਤੀ ਸੁਰਤ ਨਾ ਪਾਈ ਆ ਸਲਾਉਣ ਵਾਲੇ ਉਸ ਦੇ ਪ੍ਰੇਮੀਆਂ ਨੇ ਉਸ ਪਰਮਪੁਰਖ ਨੂੰ ਸਾਲਾਇਆ ਹੀ ਸਾਲਾਇਆ ਹੈ ਪਰ ਉਹਨਾਂ ਨੇ ਇਹਦੀ ਗਿਆਤ ਨਹੀਂ ਪਾਈ ਨਦੀਆਂ ਅਤੇ ਵਾਪ ਵੇ ਸਮੁੰਨ ਨ ਜਾਣੀ ਜਿਵੇਂ ਨਦੀਆਂ ਅਤੇ ਵਾਹੜੇ ਸਮੁੰਦਰ ਵਿੱਚ ਜਾ ਪੈਂਦੇ ਹਨ ਫਿਰ ਉਹ ਵੱਖਰੇ ਨਹੀਂ ਜਾਣੇ ਜਾਂਦੇ ਭਾਉ ਸਮੁੰਦਰ ਰੂਪ ਹੋ ਜਾਂਦੇ ਹਨ ਤਵੇਂ ਸਲਾਵਤ ਕਰਨ ਵਾਲੇ ਸਲਾਹੁਤ ਕਰਦੇ ਕਰਦੇ ਉਸ ਨੂੰ ਪ੍ਰਾਪਤ ਹੋ ਕੇ ਉਸ ਦਾ ਰੂਪ ਹੋ ਜਾਂਦੇ ਹਨ ਹੁਣ ਨਾ ਉਹ ਵੱਖਰੇ ਸਿਆਣੇ ਜਾਂਦੇ ਹਨ ਨਾ ਉਹ ਆਪ ਨੂੰ ਵਖਰੇ ਸਿਆਣ ਦੇ ਹਨ ਸਮੁੰਨ ਸ਼ਾ ਸੁਲਤਾਨ ਗਿਰਹਾ ਸੀਤੀ ਮਾਲ ਤਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋਂ ਨਾ ਵਿਸਰੇ ਸ਼ਾ ਹੈ ਸ਼ੈਂਸ਼ਾ ਵਾਹਿਗੁਰੂ ਮੈਂ ਤੈਨੂੰ ਸਮੁੰਦਰ ਨਾਲ ਉਪਮਾ ਦਿੱਤੀ ਹੈ ਪਰ ਸਾਰੇ ਸਮੁੰਦਰ ਜਿਨ੍ਹਾਂ ਵਿੱਚ ਕੇ ਪਹਾੜਾਂ ਸਰੀਖੇ ਮਾਲ ਤਨ ਪਏ ਹਨ ਉਸ ਕੀੜੀ ਦੀ ਬਰਾਬਰੀ ਨਹੀਂ ਕਰ ਸਕਦੇ ਜਿਸ ਦੇ ਮਨ ਵਿੱਚੋਂ ਕਿ ਤੂੰ ਨਾ ਵਿਸਰੇ ਅੰਤ ਨ ਸਿਫਤੀ ਕਹਿਣਾ ਅੰਤ ਅੰਤ ਨ ਕਰਨੇ ਦੇਣਾਂ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰ ਆਵਾਰ ਅੰਤ ਕਾਰਣ ਕੇਤੇ ਬਿਲਾਏ ਤਾਂ ਕਿ ਆ ਨਾ ਪਾਏ ਜਾਏ ਇਹ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾਂ ਉਚੇ ਉਪਰ ਉਚਾ ਨਾਉ ਏ ਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇ ਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾ ਪ੍ਰਾਕਥਨ ਪ੍ਰਸ਼ਨ ਹੁੰਦਾ ਹੈ ਕਿ ਕਰਤਾ ਪੁਰਖ ਦੀ ਜਾਤ ਜਾਂ ਸਿਫਤਾਂ ਜਾਂ ਕਰਨੀਆਂ ਜਾਂ ਦਾਤਾਂ ਬਾਬਤ ਇਤੀ ਦੀ ਸੁਰਤ ਕਿਉਂ ਨਹੀਂ ਪੈਂਦੀ ਉੱਤਰ ਉਹ ਬੇਅੰਤ ਹੈ ਉਸ ਦਾ ਤੇ ਉਸ ਸੰਬੰਧੀ ਸਾਰੇ ਕੁਝ ਦਾ ਅੰਤ ਮਿਤ ਵਾਲੇ ਜੀਵ ਤੋਂ ਨਹੀਂ ਲਿਆ ਜਾ ਸਕਦਾ ਇਹ ਗੱਲ ਅਗਲੀ ਪੌੜੀ ਵਿੱਚ ਦੱਸੀ ਹੈ ਅੰਤ ਨਾ ਸਿਫਤੀ ਕਹਿਣਾ ਅੰਤ ਕੁਦਰਤ ਦੀਆਂ ਸਿਫਤਾਂ ਦਾ ਅੰਤ ਨਹੀਂ ਨਾ ਹੀ ਉਹਨਾਂ ਸਿਫਤਾਂ ਦੇ ਕਹਿਣੇ ਦਾ ਅੰਤ ਹੈ ਅੰਤ ਨਾ ਕਰਨੇ ਦੇਣ ਦਾ ਅੰਤ ਕਰਤਾਰ ਦੇ ਕਰਨਿਆਂ ਦਾ ਅੰਤ ਨਹੀਂ ਨਾ ਹੀ ਉਸ ਦੀਆਂ ਦਾਤਾਂ ਦੇਣੇ ਦਾ ਕੋਈ ਅੰਤ ਹੈ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਕਰਤਾਰ ਦਾ ਦੇਖਣਾ ਅਨੰਤ ਹੈ ਉਸ ਦਾ ਸੁਣਨਾ ਅਨੰਤ ਹੈ ਕਰਤਾਰ ਦੇ ਮਨ ਵਿੱਚ ਕੀ ਸਲਾਹ ਹੈ ਇਸ ਦਾ ਵੀ ਅੰਤ ਨਹੀਂ ਲਿਆ ਜਾ ਸਕਦਾ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਨਹੀਂ ਪਤਾ ਲੱਗਦਾ ਕਦੋਂ ਕੀਤਾ ਸੀ ਆਕਾਰ ਕਰਤਾਰ ਨੇ ਇਸ ਰਚੀ ਹੋਈ ਰਚਨਾ ਦਾ ਤੇ ਨਾ ਹੀ ਇਸ ਦੇ ਪਾਰ ਉਤਾਰ ਦਾ ਪਤਾ ਲੱਗਦਾ ਹੈ ਅੰਤ ਕਾਰਨ ਕੇਤੇ ਬਿਲਾਏ ਤਾਂ ਕਿ ਅੰਤ ਨਾ ਪਾਏ ਜਾਏ ਅੰਤ ਨੂੰ ਪਾਉਣ ਲਈ ਕਈ ਤਰਲੇ ਪੀ ਲੈਂਦੇ ਹਨ ਪਰ ਉਸ ਦੇ ਅੰਤ ਪਤਾ ਨਹੀਂ ਲੱਗਦੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਇਸ ਅੰਤ ਨੂੰ ਕੋਈ ਨਹੀਂ ਜਾਣਦਾ ਜਿੰਨਾ ਬਹੁਤਾ ਕਹੀਦਾ ਹੈ ਉਹਨਾਂ ਹੀ ਬਹੁਤਾ ਕਹਿਣੇ ਯੋਗ ਅਜੇ ਹੋਰ ਹੁੰਦਾ ਹੈ ਅਮਿਤ ਹੋਣ ਕਰਕੇ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮ ਇਹ ਵਡ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਉਹ ਮਾਲਕ ਹੈ ਸਭ ਤੋਂ ਵੱਡਾ ਹੈ ਉਸ ਦਾ ਸਥਾਨ ਸਭ ਤੋਂ ਉੱਚਾ ਹੈ ਉਸ ਉੱਚੇ ਸਥਾਨ 'ਤੇ ਪਹੁੰਚਣ ਲਈ ਉੱਚਾ ਉਸ ਦਾ ਨਾਮ ਹੈ ਐਡਾ ਵੱਡਾ ਉੱਚਾ ਜੇ ਕੋਈ ਹੈ ਜਿਹੜਾ ਉੱਚਾ ਕਿ ਉਹ ਹੈ ਤਾਂ ਉਸ ਉੱਚੇ ਨੂੰ ਉਹ ਜਾਣ ਸਕੇ ਜਿੱਡਾ ਵੱਡਾ ਉਹ ਆਪ ਹੈ ਉਹ ਆਪ ਹੀ ਆਪਣੇ ਆਪ ਜਾਣਦਾ ਹੈ ਹਾਂ ਆਪ ਹੀ ਆਪ ਪਾਉਣੇਰਾ ਆਪ ਹੀ ਜਾਣਦਾ ਹੈ ਪਰ हे ਨਾਨਕ ਇਹ ਗੱਲ ਨਿਸ਼ਚਿਤ ਹੈ ਕਿ ਜੋ ਕੁਝ ਮਿਲਦਾ ਹੈ ਉਸ ਦੀ ਦਾਤ ਹੈ ਦਾਤ ਉਸ ਦੀ ਕਿਰਪਾ ਦ੍ਰਿਸ਼ਟੀ ਤੇ ਬਖਸ਼ਿਸ਼ ਨਾਲੀ ਪ੍ਰਾਪਤ ਹੁੰਦੀ ਹੈ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੇ ਜੋਦ ਅਪਾਰ ਕੇਤੇ ਅਗੜਤ ਨਹੀਂ ਵਿਚਾਰ ਕੇਤੇ ਖਪ ਤਟੇਵੇ ਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਈ ਖਾਏ ਕੇਤੇ ਆਦੂਖ ਭੂਖ ਸਦਮਾਰ ਏਬੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਓ ਜਾਣੇ ਜੇਤੀਆ ਮੋਖਾਏ ਆਪੇ ਜਾਣੇ ਆਪੇ ਦੇ ਆਖੇ ਸਿਬੇ ਕੀ ਕੇ ਜਿਸ ਨੂੰ ਬਖਸ਼ੈ ਸਫਤ ਸਲਾਹ ਨਾਨਕ ਪਾਤਸ਼ਾਹੀ ਪਾਚਾ ਪ੍ਰਾਕਥਨ ਪੌੜੀ ਚਵੀ ਵਿੱਚ ਉਚੇ ਤੱਕ ਕਪੜਨ ਲਈ ਉਚਾ ਨਾਉ ਤੇ ਕਰਮੀ ਦਾਤ ਦੋ ਗੱਲਾਂ ਦਸੀਆਂ ਸਨ ਇੱਥੇ ਪ੍ਰਸ਼ਨ ਹੋ ਸਕਦਾ ਹੈ ਕਿ ਨਾਮ ਤਾਂ ਹੋਇਆ ਜੀਵ ਦਾ ਕੰਮ ਚਾਹੋ ਉਹ ਵੀ ਦਾਤ ਹੀ ਹੈ ਪਰ ਉਹ ਜਪਣਾ ਸਿਮਰਨਾ ਆਦੀ ਜੀਵ ਦੇ ਕਰਤਵੇ ਹਨ दात प्रभु ਦਾ ਕਰਮ ਹੈ ਜੋ ਜੀਵ ਦੇ ਵਸ ਦੀ ਗੱਲ ਨਾ ਹੋਈ ਸੋ ਕੀ ਇਹ ਨਿਰਾਸ਼ਤਾ ਦੀ ਗੱਲ ਨਹੀਂ ਖਬਰੇ ਨਦਰ ਹੋਵੇ ਕਿ ਨਾ ਇਸ ਲਈ ਅਗਲੀ ਪੌੜੀ ਉਚਾਰ ਕੇ ਆਸ ਬਣਾਉਂਦੇ ਹਨ ਕਿ ਉਸ ਦੀ ਬਖਸ਼ਿਸ਼ ਬਹੁਤੀ ਹੈ ਉਹ ਵੱਡਾ ਦਾਤਾ ਹੈ ਸੋ ਵੱਡੇ ਦਾਤੇ ਤੋਂ ਜੋ ਬਹੁਤ ਬਖਸ਼ਿਸ਼ ਦਾ ਮਾਲਕ ਹੈ ਨਿਰਾਸ਼ ਨਹੀਂ ਹੋਈਦਾ ਉਸ ਦਾ ਤਾਂ ਬਿਰ ਦੀ ਬਖਸ਼ਿਸ਼ ਹੈ ਨਿਰਾਸ਼ ਉਸ ਤੋਂ ਹੀਦਾ ਹੈ ਜੋ ਨਿਸ਼ਪ੍ਰੇ ਨਹੀਂ ਭਾਉ ਜਿਸ ਨੂੰ ਜੀਵਾਂ ਤੋਂ ਕੁਝ ਲੈਣ ਦੀ ਲਾਲਸਾ ਨਹੀਂ ਉਸ ਦਾਤੇ ਤੇ ਵੱਡੇ ਦਾਤੇ ਤੋਂ ਕਿਉਂ ਨਿਰਾਸ਼ਤਾ ਮੁਰਾਦ ਇਹ ਹੈ ਕਿ ਜਦ ਨਾਮ ਪ੍ਰੇਮੀ ਦਾ ਨਾਮ ਭੁਖੜੋਂਦਾ ਹੈ ਉਹ ਆਪਣੇ ਆਪ ਵਿੱਚ ਸ਼ੁੱਧ ਹੋਇਆ ਨਿਛ ਰੂਪ ਵਿੱਚ ਸਥਿਤ ਪਰਮਾਤਮ ਦੇਵ ਵੱਲ ਨਜ਼ਰ ਟਿਕਾਏ ਖੜਾ ਹੁੰਦਾ ਹੈ ਤਾਂ ਅਨੰਦ ਦਾਤੇ ਦਾ ਬਿਰਧ ਉਸ ਨੂੰ ਅਨੰਤਾਈ ਵਿੱਚ ਖਿੱਚ ਲੈਂਦਾ ਹੈ ਹੋਰ ਵੀ ਤਸੱਲੀ ਵਾਲੀ ਗੱਲ ਇਹ ਹੈ ਕਿ ਇਹ ਨਾਮ ਮਾਰਗ ਈਸ਼ਵਰ ਪ੍ਰੇਮ ਦਾ ਮਾਰਗ ਹੈ ਜਿਸ ਨੂੰ ਪਿਆਰ ਕਰੋ ਉਸ ਨੂੰ ਵੀ ਪਿਆਰ ਦੀ ਖਿੱਚ ਪੈਣਦੀ ਹੈ ਪ੍ਰੇਮ ਸਰੂਪ ਪ੍ਰਭੂ ਆਪਣੇ ਪ੍ਰੇਮੀ ਨਾਮ ਅਭਿਆਸੀ ਨੂੰ ਪਿਆਰ ਕਰਦਾ ਹੈ ਇਸ ਲਈ ਨਿਜ ਸਰੂਪ ਵਿੱਚ ਆਏ ਅਨੰਤਵਲ ਤੱਕ ਰਹੇ ਪਿਆਰੇ ਨੂੰ ਆਪਣੇ ਸਰੂਪ ਵਿੱਚ ਸਮਾਈ ਬਖਸ਼ਦਾ ਹੈ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਨਦਰੀ ਦਾ ਕਰਮ ਅਰਥਾਤ ਬਖਸ਼ਿਸ਼ ਇਤਨੀ ਬਹੁਤੀ ਹੈ ਕਿ ਲਿਖੀ ਨਹੀਂ ਜਾ ਸਕਦੀ ਹਾਂ ਇਸ ਕਰਕੇ ਵੀ ਵੱਡਾ ਦਾਤਾ ਹੈ ਕਿ ਉਸ ਨੂੰ ਆਪ ਦਾਤਾ ਦੇ ਕੇ ਤਿਲ ਜਿਨੀ ਵੀ ਲਾਲਸਾ ਲੈਣ ਮਾਤਰ ਦੀ ਨਹੀਂ ਕਿਤੇ ਮੰਗੇ ਜੋਦ ਅਪਾਰ ਕਿਤੇ ਆ ਗਣਤ ਨਹੀਂ ਵਿਚਾਰ ਉਸ ਤੋਂ ਮੰਗਣ ਵਾਲੇ ਕਈ ਲੋਕ ਹਨ ਪਰ ਤੱਕ ਦੇਖੋ ਕਿ ਅਣਗਿਣਤ ਜੋਦੇ ਉਸ ਤੋਂ ਦਾਤਾ ਮੰਗਦੇ ਹਨ ਕਿੰਨੇ ਹੀ ਹੋਰ ਭਾਂਤਾਂ ਦੇ ਮੰਗਣ ਹਾਰੇ ਹਨ ਜਿਨ੍ਹਾਂ ਦੀ ਗਿਣਤੀ ਦਾ ਵਿਚਾਰ ਵੀ ਨਹੀਂ ਹੋ ਸਕਦਾ ਪਰ ਉਹ ਕਿਸੇ ਤੋਂ ਕੋਈ ਲੋੜ ਨਹੀਂ ਰੱਖਦਾ ਕਿਤੇ ਖੱਪ ਤੋ ਟੇਵੇ ਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖਾਂ ਹੀ ਖਾਏ ਕਿਤਨੇ ਹੀ ਮੰਗਣ ਵਾਲੇ ਦਾਤਾਂ ਲੈ ਕੇ ਉਹਨਾਂ ਨਾਲ ਵਿਕਾਰਾਂ ਵਿੱਚ ਪੈ ਜਾਂਦੇ ਤੇ ਉਹਨਾਂ ਨਾਲ ਖੱਪ ਕੇ ਅੰਤ ਹਟ ਹਾਰ ਜਾਂਦੇ ਹਨ ਕਿੰਨੇ ਦਾਤਾਂ ਲੈ ਲੈ ਕੇ ਸ਼ੁਕਰ ਨਹੀਂ ਕਰਦੇ ਸਗੋਂ ਦਾਤੇ ਤੋਂ ਹੀ ਮੁਨਕਰ ਹੋ ਜਾਂਦੇ ਹਨ ਕਿੰਨੇ ਮੂਰਖ ਹਨ ਜੋ ਇਹ ਗੱਲ ਸਮਝੇ ਬਿਨਾ ਕਿ ਕੋਈ ਦੇਣ ਹਾਰ ਦਾਤਾ ਹੈ ਖਾਈ ਖਾਈ ਜਾਂਦੇ ਹਨ ਕਿਤੇ ਆ ਦੁੱਖ ਪੂਖ ਸਦਮਾਰ ਇਹ ਬੇਦਾਤ ਤੇਰੀ ਦਾਤਾਰ ਪਰ ਉਹ ਕਿਸੇ ਨਾਲ ਉਦਾਸ ਖਫਾ ਨਹੀਂ ਹੁੰਦਾ ਕਿੰਨਿਆਂ ਨੂੰ ਸਦਾ ਦੁੱਖ ਤੇ ਭੁੱਖ ਦੀ ਮਾਰ ਹੀ ਵਗੀ ਰਹਿੰਦੀ ਹੈ ਇਹ ਦਾਤਾਰ ਇਹ ਦੁੱਖ ਭੁੱਖ ਦੀ ਮਾਰ ਤੇਰੇ ਹੱਥ ਸੰਕੋਚੜੇ ਨਹੀਂ ਇਹ ਵੀ ਤੇਰੀ ਇੱਕ ਦਾਤ ਹੈ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਬੰਦ ਤੋਂ ਖਲਾਸੀ ਤੇੜੇ ਪਾਣੇ ਦੁਆਰਾ ਹੁੰਦੀ ਹੈ ਕੋਈ ਨਹੀਂ ਕਹਿ ਸਕਦਾ ਕਿ ਕਿਸੇ ਹੋਰ ਤਰ੍ਹਾਂ ਵੀ ਹੋ ਸਕਦੀ ਹੈ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੋ ਖਾਏ ਜੇ ਕੋਈ ਮੂਰਖ ਹੋਰ ਕਿਸੇ ਤਰ੍ਹਾਂ ਪ੍ਰਾਪਤ ਹੁੰਦੀ ਦੱਸਣ ਦੀ ਦਲੇਰੀ ਕਰੇ ਤਾਂ ਉਸ ਨੂੰ ਪਤਾ ਲੱਗ ਜਾਏਗਾ ਕਿ ਉਹ ਕਿਤਨਿਆਂ ਕੋ ਮੂਹ ਤੇ ਖਾਂਦਾ ਹੈ ਜਾਂ ਮੂਧੀਆਂ ਖਾਂਦਾ ਹੈ ਆਪੇ ਜਾਣੇ ਆਪੇ ਦੇ ਆਖੇ ਸਿਬੇ ਕਈ ਕੇ ਕਰਤਾ ਪੁਰਖ ਆਪੇ ਸਭ ਕੁਝ ਜਾਣਦਾ ਹੈ ਤੇ ਆਪ ਹੀ ਇਹ ਦਾਤ ਦਿੰਦਾ ਹੈ ਇਹ ਗੱਲ ਕਹਿਣ ਵਾਲੇ ਹਨ ਤਾਂ ਸਹੀ ਪਰ ਉਹ ਵੀ ਵਿਰਲੇ ਹਨ ਭਾਉ ਭਾਣੇ ਵਾਲੇ ਵਿਰਲੇ ਹਨ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਸ਼ਾਹੀ ਪਾਸ਼ਾ ਭਾਣੇ ਤੇ ਆਉਣ ਲਈ ਦਾਤਾ ਜਿਸ ਨੂੰ ਆਪਣੀ ਸਿਫਤ ਸਲਾ ਦੀ ਦਾਤ ਬਖਸ਼ਦਾ ਹੈ ਕਹਿੰਦੇ ਹਨ ਗੁਰੂ ਨਾਨਕ ਉਹ ਪਾਸ਼ਾ ਦਾ ਪਾਸ਼ਾ ਹੋ ਜਾਂਦਾ ਹੈ ਭਾਵ ਉਹ ਆਪ ਜਗਤ ਦਾ ਦਾਤਾ ਹੋ ਜਾਂਦਾ ਹੈ ਯਾਚਕ ਨਹੀਂ ਰਹਿੰਦਾ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਪਾਰੀ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ अमूल पाए अमूल समाए अमुल अमूल धर्म अमूल दि बाण अमूल तुल अमूल परवान अमूल बख्शीश अमूल निशान अमूल करम अमूल फुरमाण अमूल अमुल, अमुल आख्या ना जाए आख आख रहे लेवलाए आख वेद पाठ पुराण आख पढ़े करे वख्यान आख बरमे आख इंद आख गोपी तय गोविंद आख ईश्वर आख सिद्ध ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਉਠੜ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕਈ ਕੇ ਜੇ ਵਡ ਭਾਵੇ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਏ ਸਿਰ ਗਾਵਾਰਾ ਗਾਵਾਰ ਪ੍ਰਾਕਥਨ ਪਾਤਸ਼ਾਹ ਜਗਦੇਸ ਸਾਭ ਕੀਮਤੀ ਹਸਤੀ ਹੈ। ਅਰ ਜਗਤ ਵਿੱਚ ਸਭ ਜੀਆ ਤੋਂ ਵਧੇਕ ਉਸ ਦੀ ਕੀਮਤ ਤੇ ਕਦਰ ਪੈਂਦੀ ਹੈ। ਅਤੇ ਪਾਦਸ਼ਾਹਾਂ ਦਾ ਪਾਦਸ਼ਾਹ ਤਾਂ ਪਾਦਸ਼ਾਹਾਂ ਤੋਂ ਵੀ ਉੱਪਰ ਹੋਇਆ। ਪਰ ਅਕਾਲਪੁਰਖ ਸਭ ਕੀਮਤਾਂ, ਕੂਤਾਂ ਤੋਂ ਵੀ ਉੱਪਰ ਹੈ। ਇਸ ਲਈ ਉਸ ਨੂੰ ਅਗਲੀ ਪੌੜੀ ਵਿੱਚ ਅਮੁੱਲੋ ਅਮੁਲ ਆਖਿਆ ਹੈ। ਅਮੁੱਲ ਦਾ ਅਰਥ ਮੁੱਲ ਰਹਿਤ ਨਹੀਂ। ਨਾਨੇਰਾ ਬੇਸ਼ਕੀਮਤ ਅਰਥ ਹੈ। ਪਰ ਮੂਲ થી ਉੱਪਰ ਜੋ ਆਮ ਮੁੱਲ ਵਾਲੀਆਂ ਪਦਵੀਆਂ ਥੀ ਉੱਪਰ ਹੈ ਉਸ ਦੇ ਗੁਣ ਵੀ ਮੁੱਲ ਥੀ ਉੱਪਰ ਹਨ ਕਿਉਂਕਿ ਉਸ ਦੇ ਗੁਣ ਧਾਰਨ ਕੀਤੇ ਹੋਏ ਨਹੀਂ ਸਗੋਂ ਉਸ ਦਾ ਸਰੂਪ ਹਨ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾਰ ਉਹ ਪਾਦਸ਼ਾ ਜ਼ੋਰ ਜ਼ਰ ਦੇ ਪਾਦਸ਼ਾ ਨਹੀਂ ਹੋ ਜਾਂਦੇ ਉਹ ਵਪਾਰੀ ਹੋ ਜਾਂਦੇ ਹਨ ਉਹ ਵਪਾਰੀ ਮਾਲ ਮਿਲਖ ਦੇ ਨਹੀਂ ਪਰ ਗੁਣਾ ਦੇ ਵਪਾਰੀ ਹੋ ਜਾਂਦੇ ਹਨ ਉਹ ਮਾਇਕ ਗੁਣਾਂ ਤੇ ਸੰਸਾਰਕ ਖੂਬੀਆਂ ਦੇ ਵਪਾਰੀ ਨਹੀਂ ਹੋ ਜਾਂਦੇ ਪਰ ਉਹ ਅਮੁੱਲ ਪਦ ਦੇ ਗੁਣਾਂ ਦੇ ਵਪਾਰੀ ਹੋ ਜਾਂਦੇ ਹਨ ਜਿੱਥੇ ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ ਵਾਲੀ ਅਮੁੱਲਤਾ ਹੈ ਉਹ ਫਿਰ ਇਹਨਾਂ ਅਮੁੱਲ ਗੁਣਾਂ ਦਾ ਵਪਾਰ ਕਰਦੇ ਹਨ ਅਮੁੱਲ ਦੇ ਭੰਡਾਰ ਉਹਨਾਂ ਪਾਸ ਭਰੇ ਰਹਿੰਦੇ ਹਨ ਉਹਨਾਂ ਦੇ ਉਹ ਫਿਰ ਅਮੁੱਲ ਵਪਾਰੀ ਸਦੀਨੇ ਹਨ ਅਮੁੱਲ ਆਵੇ ਅਮੁੱਲ ਲੱਜਾਏ ਫਿਰ ਮਾਨ ਦਾਵੇ ਦਾ ਤਿਆਗ ਕਰਕੇ ਮੈਂ ਮੇਰੀ ਤੋਂ ਸਖਣੇ ਹੋਏ ਮੁੱਲ ਰਹਿਤ ਵਣ ਜਾ ਰਹੇ ਉਹਨਾਂ پاسਵਾਣਜ ਲਈ ਆਉਂਦੇ ਹਨ ਤੇ ਅਮੁੱਲ ਪਦ ਦਾ ਵੱਖਰ ਸੋਦਾ ਖਰੀਦ ਕੇ ਲੈ ਜਾਂਦੇ ਹਨ ਅਮੁੱਲ ਪਾਏ ਅਮੁੱਲ ਸਮਾਏ ਇਉਂ ਉਹ ਅਮੁੱਲ ਪਾਵਾਂ ਵਾਲੇ ਹੋ ਕੇ ਅਮੁੱਲ ਵਾਲੇ ਸ਼ਾ ਭਾਉ ਪਰਮਾਤਮਾ ਵਿੱਚ ਸਮਾ ਜਾਂਦੇ ਹਨ ਅਮੁੱਲ ਧਰਮ ਅਮੁੱਲ ਦੀਬਾਂ ਅਮੁੱਲ ਤੁਲ ਅਮੁੱਲ ਪਰਮਾਣ ਅਮੁੱਲ ਦਾ ਮਾਰਗ ਧਰਮ ਰਾਜ ਦੇ ਮਾਰਗ ਤੋਂ ਵੱਖਰਾ ਹੈ ਇਸ ਤੇ ਟੁਰਨ ਵਾਲਿਆਂ ਦਾ ਲੇਖਾ ਧਰਮ ਰਾਜ ਨਹੀਂ ਕਰਦਾ ਸੋ ਅਮੁੱਲ ਲੋਕ ਦਾ ਮੁੱਲ ਧਰਮ ਰਾਜ ਜਿਸ ਦਾ ਦੀਵਾਨ ਹੀ ਅਮੁੱਲ ਦਾ ਹੈ ਆਪ ਉਹਨਾਂ ਨੂੰ ਤੋਲਦਾ ਪਰਖਦਾ ਹੈ ਭਾਵ ਇਹ ਕਿ ਧਰਮ ਰਾਜ ਉਹਨਾਂ ਨੂੰ ਕਰਮਾਂ ਤੋਂ ਨਹੀਂ ਤੋਲਦਾ ਸਗੋਂ ਅਮੁੱਲ ਦੀ ਤਕੜੀ ਤੇ ਅਮੁੱਲ ਦੇ ਵਟੇ ਨਾਲ ਉਹਨਾਂ ਦੀ ਪਰਖ ਹੁੰਦੀ ਹੈ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਗਲ ਕੀ ਇਹਨਾਂ ਵਿੱਚ ਅਮੁੱਲਤਾ ਦਾ ਨਿਸ਼ਾਨ ਹੀ ਦੇਖ ਲਿਆ ਜਾਂਦਾ ਹੈ ਤੇ ਅਮੁੱਲ ਦੀ ਹੀ ਬਖਸ਼ਿਸ਼ ਹੋ ਜਾਂਦੀ ਹੈ ਅਮੁੱਲ ਕਰਮ ਅਮੁੱਲ ਫੁਰਮਾਨ ਫਿਰ ਇਹਨਾਂ ਅਮੁੱਲ ਬਖਸ਼ਿਸ਼ ਵਿੱਚ ਪਹੁੰਚਿਆ ਹੋਇਆ ਦੀ ਬਖਸ਼ਿਸ਼ ਵੀ ਅਮੁੱਲ ਹੋ ਜਾਂਦੀ ਹੈ ਤੇ ਇਹਨਾਂ ਦਾ ਹੁਕਮ ਵੀ ਅਮੁੱਲ ਹੋ ਜਾਂਦਾ ਹੈ ਅਥਵਾ ਇਸ ਅਮੁੱਲ ਦੀਵਾਨ ਦੀ ਬਖਸ਼ਿਸ਼ ਵੀ ਅਮੁੱਲ ਹੈ ਤੇ ਇਸ ਦਾ ਹੁਕਮ ਵੀ ਅਮੁੱਲ ਹੈ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਇ ਇਸ ਅਮੁੱਲ ਦੇਸ਼ ਦਾ ਸ਼ੈਨਸ਼ਾ ਅਮੁੱਲੀ ਅਮੁੱਲ ਸਦਾਉਂਦਾ ਹੈ ਪਰ ਉਸ ਦਾ ਸੰਪੂਰਨ ਵਰਣਨ ਕਿਸੇ ਤੋਂ ਨਹੀਂ ਹੋ ਸਕਦਾ ਹਾਂ ਅਮੁੱਲ ਦੇ ਵਪਾਰੀ ਉਸ ਨੂੰ ਆਖਦੇ ਹਨ ਪਰ ਆਖਦੇ ਆਖਦੇ ਉਸ ਦਾ ਅੰਤ ਨਹੀਂ ਲੈਂਦੇ ਹਾਂ ਆਖਦੇ ਉਸ ਵਿੱਚ ਲਿਵਤਾਰੀ ਹੋ ਜਾਂਦੇ ਹਨ ਇੱਥੋਂ ਤਾਈਂ ਗੁਰੂ ਜੀ ਨੇ ਆਪਣੇ ਅਮੁੱਲ ਆਦਰਸ਼ ਨੂੰ ਦਿਖਾ ਕੇ ਪਰਮਾਤਮਾ ਦੇਵ ਨੂੰ ਅਮੁੱਲੋਂ ਅਮੁੱਲ ਦੱਸਿਆ ਤੇ ਅੰਤ ਵਿੱਚ ਉਸ ਨੂੰ ਆਖਿਆ ਨਾ ਜਾਏ ਭਾਵ ਅਕਥ ਦੱਸਿਆ ਇਸ ਪਰ ਪ੍ਰਸ਼ਨ ਹੁੰਦਾ ਹੈ ਕਿ ਅਮੁੱਲ ਮਾਰਗ ਦੇ ਭਗਤਾਂ ਦਾ ਤਾਂ ਆਸਰਾ ਹੀ ਗੁਣ ਕਥਨ ਤੇ ਨਾਮ ਉਚਾਰਨ ਹੈ ਉਹਨਾਂ ਦਾ ਕਥਨ ਫਿਰ ਕੀ ਹੋਇਆ ਇਸ ਦਾ ਉੱਤਰ ਅਗਲੀ ਤੁਕ ਵਿੱਚ ਦਿੱਤਾ ਹੈ ਆਖ ਆਖ ਰਹੇ ਲਿਵ ਲਾਏ ਅਰਥਾਤ ਅਮੁੱਲ ਅਮੁੱਲ ਦੇ ਭਗਤ ਜਨ ਲਿਵ ਲਾਉਣ ਵਾਸਤੇ ਆਖਦੇ ਹਨ ਅੰਤ ਲੈਣ ਵਾਸਤੇ ਨਹੀਂ ਆਖਦੇ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਂ ਆਖ ਰਹੇ ਹਨ ਵੇਦ ਪੁਰਾਣ ਜੋ ਤੁਸੀਂ ਆਪ ਪੜਨਾ ਚਾਹੋ ਤਾਂ ਆਖ ਰਹੇ ਹਨ ਵੇਦਾਂ ਪੁਰਾਣਾ ਦੇ ਪਾਠ ਕਰਨੇ ਹਾਰੇ ਜੇ ਤੁਸੀਂ ਸੁਣਨਾ ਚਾਹੋ ਤਾਂ ਆਖ ਰਹੇ ਹਨ ਵਿਦਵਾਨ ਲੋਕ ਜੋ ਮੂਲ ਪਾਠਾਂ ਦੀ ਵਿਆਖਿਆ ਕਰ ਰਹੇ ਹਨ ਜੇ ਤੁਸੀਂ ਅਰਥ ਭਾਵ ਸੁਣਨੇ ਚਾਹੋ ਤਾਂ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਅੱਖੇ ਈਸ਼ਰ ਆਖੇ ਸਿੱਧ ਅੱਖੇ ਕੀਤੇ ਕੀਤੇ ਬੁੱਧ ਆਖ ਰਹੇ ਹਨ ਵੇਦ ਉਚਾਰਨ ਵਾਲੇ ਬ੍ਰਹਮੇ ਆਖ ਰਹੇ ਹਨ ਇੰਦਰ ਆਦੀ ਦੇਵਤੇ ਜੋ ਮਨੁੱਖ ਸ਼੍ਰੇਣੀ ਤੋਂ ਉੱਚੇ ਹਨ ਆਖ ਰਹੇ ਹਨ ਕ੍ਰਿਸ਼ਨ ਜੀ ਵਰਗੇ ਅਵਤਾਰ ਤੇ ਉਹਨਾਂ ਦੇ ਪ੍ਰੇਮੀ ਗੋਪੀਆਂ ਗੋਪ ਆਦਿਕ ਆਖਨੇ ਹਨ ਈਸ਼ਵਰ ਭਾਉ ਸ਼ਿਵ ਜੀ ਤੇ ਆਖਦੇ ਹਨ ਉਹਨਾਂ ਦੇ ਅਨਵਿਆਈ 나ਥ ਤੇ ਸਿੱਧ ਆਦਿਕ ਆਖਦੇ ਹਨ ਕਈ ਲੋਕ ਜੋ ਪਰਮਾਤਮਾ ਨੇ ਬੁੱਧੀਮਾਨ ਗਿਆਨਵਾਨ ਰਚੇ ਹਨ ਆਖੇ ਦਾਨਮ ਆਖੇ ਦੇਵ ਆਖੇ ਸੁਰਨਰ ਮੁੰਜਨ ਸੇ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕੇ ਉਠੜ ਜਾਏ ਆਖਦੇ ਹਨ ਦਾਨਉ ਯਾਨੀ ਅਸੁਰ ਆਖਦੇ ਹਨ ਦੇਵ ਆਖਦੇ ਹਨ ਸੁਰਨਰ ਮੁੰਜਨ ਸੇ ਆਖਦੇ ਹਨ ਹੋਰ ਕਈ ਤੇ ਕਈ ਆਖਣ ਨੂੰ ਪੈਂਦੇ ਹਨ ਭਾਉ ਯਤਨ ਕਰਦੇ ਹਨ ਕਈ ਕਹਿੰਦੇ ਕਹਿੰਦੇ ਉੱਠਦੇ ਤੁਰੇ ਚਲੇ ਜਾਂਦੇ ਹਨ ਭਾਉ ਮਰਦੇ ਜਾਂਦੇ ਹਨ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇ ਸਾਈ ਇਤਨੇ ਜਿੰਨੇ ਕਿ ਉਸ ਦੇ ਕੀਤੇ ਉਪਰ ਕਥੇ ਹਨ ਹੋਰ ਰਚ ਦੇਵੇ ਤਾਂ ਤੇ ਉਹ ਸਾਰੇ ਵੀ ਆਖਣ ਤਾਂ ਉਹ ਕੋਈ ਵੀ ਨਹੀਂ ਕਹਿ ਸਕਣਗੇ ਕਿ ਉਹ ਕਿੱਡਾ ਵੱਡਾ ਹੈ ਜੇ ਵੱਡ ਭਾਵੈ ਤੇਵਡ ਹੋਏ ਨਾਨਕ ਜਾਣੈ ਸੱਚਾ ਸੋਏ ਕਿਉਂਕਿ ਅਮੁੱਲ ਤੇ ਅਮਿਤ ਸਾਹਿਬ ਜਿੰਨਾ ਵੱਡਾ ਚਾਹੇ ਉਹਨਾ ਵੱਡਾ ਹੋ ਸਕਦਾ ਹੈ। ਇਹ ਨਾਨਕ ਸੰਪੂਰਨ ਰੂਪ ਵਿੱਚ ਆਪਣੇ ਆਪ ਨੂੰ ਉਹ ਸੱਚਾ ਸਾਇਬ ਆਪ ਹੀ ਜਾਣਦਾ ਹੈ। ਜੇ ਕੋ ਆਖੇ ਬੋਲ ਵਿਗਾੜ ਤਾ ਲਿਖਿਆ ਸਿਰਗਾਵਾ ਰਾਗਾਵਾ। ਜੇ ਕੋਈ ਬੋਲ ਵਿਗਾੜ ਆਖੇ ਕਿ ਮੈਂ ਸੰਪੂਰਨ ਰੂਪ ਵਿੱਚ ਕਹਿ ਸਕਦਾ ਹਾਂ ਤਾਂ ਉਸ ਨੂੰ ਮੂਰਖਾਂ ਦੇ ਸਿਰ ਮੂਰਖ ਲਿਖਿਆ ਚਾਹੀਏ। ਭਾਵੇਂ ਉਹ ਵੱਡਾ ਮੂਰਖ ਸਮਝਿਆ ਜਾਏਗਾ। ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ